ਅੱਜ ਮਨਿੰਦਰ ਵੀਰਾ ਫੇਰ ਆਇਆ ਸੀ। ਚੱਲ ਵਧੀਆ ਗੱਲ ਆ, ਭੈਣ ਭਾਈ ਦਾ ਪਿਆਰ ਵੱਧ ਰਿਹਾ। ਪਿਆਰ ਸਵਾਹ ਵਧਣਾ, ਆਪਦੇ ਲਾਲਚ ਮਾਰਾ ਆਇਆ ਸੀ। ਕੋਈ ਲਾਲਚ ਕਾਹਦਾ ਹੋਣਾ ਹੈ ਯਾਰ, ਉਹ ਇੱਥੇ ਕਿਤੇ ਨੇੜੇ ਤੇਰੇ ਕੰਮ ਆਇਆ ਹੋਣਾ, ਕਹਿੰਦਾ ਉਹ ਚੱਲ ਭੈਣ ਨੂੰ ਵੀ ਮਿਲ ਚੱਲਦਾ। ਭੈਣ ਨੂੰ ਨਹੀਂ ਮਿਲਣ ਆਇਆ ਸੀ, ਉਹ ਤਾਂ ਜ਼ਮੀਨ ਬਾਰੇ ਗੱਲ ਕਰਨ ਆਇਆ ਸੀ। ਜ਼ਮੀਨ? ਕਿਹੜੀ ਜ਼ਮੀਨ? ਮੇਰੀ ਦਾਦੀ ਵਾਲੀ ਜ਼ਮੀਨ, ਜੀ ਚੋਂ 3 ਬਿੱਘੇ ਮੇਰੇ ਨਾਮ ਆਉਂਦੀ ਆ। ਅੱਛਾ, ਫਿਰ ਪਹਿਲਾਂ ਤਾਂ ਕਦੇ ਦੱਸਿਆ ਨਹੀਂ ਮੈਨੂੰ ਵੀ ਮੈਨੂੰ ਜ਼ਮੀਨ ਵੀ ਆਉਂਦੀ ਆ। ਦੱਸਦੀ ਤਾਂ ਜੇ ਮੈਨੂੰ ਪਤਾ ਹੁੰਦਾ, ਮੈਨੂੰ ਵੀ ਅੱਜ ਹੀ ਮਨਿੰਦਰ ਵੀਰ ਤੋਂ ਪਤਾ ਲੱਗਿਆ। ਅੱਛਾ, ਫਿਰ ਇਹਨਾਂ ਨੂੰ ਤਾਂ ਪਤਾ ਹੀ ਹੋਣਾ ਪਹਿਲਾਂ ਮਨਿੰਦਰ ਉਹਨਾਂ ਹੁੰਦਾ। ਪਤਾ ਨਹੀਂ, ਉਹ ਤਾਂ ਐਂ ਕਹਿੰਦਾ ਸੀਗਾ, ਕਹਿੰਦਾ ਸੀ ਜ਼ਮੀਨ ਵੇਚਣੀ ਸੀ, ਉਹਦੇ ਲਈ ਫਰਦ ਕਢਾਈ ਆ, ਉਹ 'ਚ 3 ਬਿੱਘੇ ਤੇਰੇ ਨਾਲ ਬੋਲਦੀ ਆ। ਅੱਛਾ, ਫਿਰ ਹੁਣ ਕੀ ਕਹਿੰਦੇ ਵੀ ਆਪਦੀ ਜ਼ਮੀਨ ਲੈ ਲਓ? ਨਹੀਂ ਨਹੀਂ, ਉਹ ਕਹਿੰਦੇ ਅਸੀਂ ਜ਼ਮੀਨ ਵੇਚਣੀ ਆ, 3 ਬਿੱਘਿਆਂ ਵਾਸਤੇ ਤੇਰੇ ਸਾਈਨਾਂ ਦੀ ਲੋੜ ਆ, ਸਾਈਨ ਕਰ ਜੀ ਆ ਕੇ। ਫਿਰ ਉਹ ਆਪਦੇ ਹਿੱਸੇ ਲਈ ਵੇਚ ਲੈਣਾ, ਤੇਰੇ ਹਿੱਸੇ ਲਈ ਕਿਉਂ ਵੇਚ ਰਹੇ ਨੇ? ਮੈਂ ਵੀ ਕਿਹਾ ਸੀ ਵੀ ਤੁਸੀਂ ਆਪਦੀ ਵੇਚ ਦਿਓ, ਕਹਿੰਦਾ ਸਾਰੀ ਵੇਚਣ 'ਚ ਫਾਇਦਾ, ਬਾਅਦ 3 ਬਿੱਘਿਆਂ ਦਾ ਕੀ ਕਰੇਂਗੀ, ਹੁਣ ਤਾਂ ਚੰਗੀ ਰੇਟ ਮਿਲ ਜੂਗੀ। ਮੈਨੂੰ ਐਂ ਲੱਗਦਾ ਉਹਨਾਂ ਨੂੰ ਲਾਲਚ ਹੋ ਰਿਹਾ ਹੋਣਾ, ਕਿਤੇ ਉਹ ਸਾਰੀ ਜ਼ਮੀਨ ਵੇਚ ਕੇ ਪੈਸੇ ਆਪ ਹੀ ਨਾ ਰੱਖ ਲੈਣ, ਤੈਨੂੰ ਕੁਛ ਦੇਣਾ ਹੀ ਨਾ। ਲੈ ਕਿਵੇਂ, ਜਦੋਂ ਜ਼ਮੀਨ ਮੇਰੇ ਨਾਮ ਆ, ਐਂ ਕਿਵੇਂ ਸਾਰੇ ਪੈਸੇ ਰੱਖ ਲੈਣਗੇ, ਨਾਲੇ ਮੈਂ ਤਾਂ ਜ਼ਮੀਨ ਵੇਚਣੀ ਨਹੀਂ, ਮੈਂ ਤਾਂ ਰੱਖੂੰਗੀ। ਫਿਰ ਤੂੰ ਉਹਨੂੰ ਕਲੀਅਰ ਕਰ ਦਿੰਦੀ ਵੀ ਮੈਂ ਨਹੀਂ ਵੇਚਣੀ, ਮੈਂ ਤਾਂ ਰੱਖਣੀ ਆ। ਮੈਂ ਕਿਹਾ ਸੀ ਉਹਨੂੰ, ਮੈਨੂੰ ਕਹਿੰਦਾ ਸਲਾਹ ਕਰਕੇ ਦੱਸਦੀ। ਫਿਰ ਤਾਂ ਸਲਾਹ ਕਾਹਦੀ ਕਰਨੀ ਸੀ, ਜਦੋਂ ਤਾਂ ਰੱਖਣੀ ਆ, ਤੂੰ ਉਹਨੂੰ ਚੁੱਪ ਕਰਕੇ ਜਵਾਬ ਦਿੰਦੀ ਵੀ ਆਪਦਾ ਹਿੱਸਾ ਵੇਚ ਲਓ ਭਾਈ, ਮੈਂ ਤਾਂ ਰੱਖੂੰਗੀ ਆਪਦੀ। ਮੇਰਾ ਹਿੱਸਾ ਤਾਂ ਛੱਡਣਾ ਹੀ ਪਊਗਾ ਜਦੋਂ ਮੈਂ ਵੇਚਣੀ ਨਹੀਂ ਹੈਗੀ। ਵੈਸੇ ਦੇਖ ਲੈ, ਪੈਸਾ ਵੀ ਕਿਹੀ ਚੀਜ਼ ਆ, ਟੁੱਟੇ ਰਿਸ਼ਤੇ ਵੀ ਦੁਬਾਰੇ ਜੋੜ ਦਿੰਦਾ। ਹਾਂ ਦੇਖ ਲਓ, ਜ਼ਮੀਨ ਦਾ ਵਾਰੀ ਮੇਰੇ ਸਹੁਰੇ ਤੱਕ ਵੀ ਆ ਗਿਆ, ਤੇ ਪਹਿਲਾਂ ਪਿੰਡ ਵੀ ਨਹੀਂ ਆਇਆ ਮੇਰੀ ਮਾਂ ਮਰੀ ਤੋਂ। ਇਹਨੂੰ ਤਾਂ ਇਹੀ ਆਸ ਹੋਣੀ ਵੀ ਸਾਨੂੰ ਦੇ ਕੇ ਜਾਊਗੀ ਜ਼ਮੀਨ। ਹਾਂ ਇਹਨਾਂ ਨੂੰ ਤਾਂ ਐਂ ਆ ਵੀ ਭੈਣ ਭੈਣ ਕਹਿ ਕੇ 3 ਬਿੱਘੇ ਫ੍ਰੀ 'ਚ ਹੀ ਲੈ ਜਾਂਗੇ। ਯਾਰ 3 ਬਿੱਘੇ ਦੀ ਆਮਦਨ ਵੀ ਤਾਂ ਖਾਂਦੇ ਰਹੇ ਨੇ, ਹੁਣ ਤਾਂ ਇਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਵਾ। ਲੈ ਆਮਦਨ ਕਿਹੜਾ ਮੈਂ ਛੱਡਣ ਲੱਗੀ ਆ, ਮੈਂ ਕਹੂੰਗੀ ਵੀ ਹੁਣ ਤੱਕ ਜਿੰਨਾ ਠੇਕਾ ਬਣਦਾ ਮੇਰਾ ਦਿਓ ਮੈਨੂੰ। ਚਲੋ ਤਾਂ ਕੀ ਲੈਣਾ ਆਪਾਂ ਨੇ, ਜਿਹੜਾ ਖਾ ਗਏ ਤਾਂ ਖਾ ਗਏ। ਐਂ ਕਿਵੇਂ, ਮੈਂ ਤਾਂ 1 ਰੁਪਈਆ ਨਹੀਂ ਛੱਡਦੀ, ਹੁਣ ਤੱਕ ਇਹਨਾਂ ਨੇ ਬਹੁਤ ਦੁੱਖ ਦਿੱਤੇ ਮੇਰੀ ਮਾਂ ਨੂੰ। ਉਹ ਚੱਲ ਯਾਰ, ਜ਼ਮੀਨ ਦੀ ਗੱਲ ਤਾਂ ਅਲੱਗ ਆ, ਪਰ ਪੁਰਾਣਾ ਠੇਕਾ ਨਾ ਮੰਗੀ, ਮਸਾਂ ਵਰਤਣ ਲੱਗੇ ਨੇ ਫਿਰ ਆਉਣ ਜਾਣੋ ਹਟ ਜਾਣਗੇ। ਨਹੀਂ ਵਰਤਦੇ ਨਾ ਵਰਤਣ, ਅੱਗੇ ਕਿਹੜਾ ਆਉਂਦੀ ਸੀ। ਮੇਰੀ ਗੱਲ ਸੁਣੋ ਜੀ, ਹੁਣ ਨਹੀਂ ਤੁਹਾਡੀ ਭਰਜਾਈ ਨੇ ਕੰਮ ਨੂੰ ਹੱਥ ਲਾਣਾ, ਹੁਣ ਤਾਂ ਉਹਨੂੰ ਜ਼ਮੀਨ ਆਉਂਦੀ ਆ। ਉਹ ਜ਼ਮੀਨ ਨੂੰ ਕਿਹੜਾ ਯਾਰ, 50 ਕਿੱਲੇ ਆਉਂਦੇ ਨੇ, 3 ਬਿੱਘੇ ਜ਼ਮੀਨ ਆਉਂਦੀ ਆ ਸਾਰੀ। ਫੇਰ ਵੀ ਪ੍ਰਾਪਰਟੀ ਤਾਂ ਪ੍ਰਾਪਰਟੀ ਹੁੰਦੀ ਆ, ਨਾਲੇ ਘਰ ਵੀ ਤਾਂ ਹੈਗਾ ਉਹਦੇ ਕੋਲ। ਘਰ ਤੇ ਜ਼ਮੀਨ ਤਾਂ ਹਰਮਨ ਕਹਿ ਕੇ ਬਕਾਇਆ ਦੇਣੇ ਨੇ, ਇੱਥੇ ਲਵਾਂਗੇ, ਨਹੀਂ ਫਿਰ ਲਿਆਵਾਂਗੇ ਇੱਕ ਨਵਾਂ ਟਰੈਕਟਰ, ਨਾਲੇ ਇੱਕ JCB। ਆਹੋ ਦਵਾਈ ਫਿਰਦੀ ਤੈਨੂੰ JCB, ਉਹ ਤਾਂ ਸਾਰੇ ਪੈਸੇ ਨਾ ਬੈਂਕ 'ਚ ਰੱਖੂਗੀ। ਇੰਨੀ ਭਰਜਾਈ ਮੇਰੀ ਮਾੜੀ ਨੀਗੀ, ਜਿੰਨਾ ਤੂੰ ਕਹਿ ਰਹੀ ਆ, ਜਿੰਨੇ ਪੈਸੇ ਮੰਗੂਗਾ ਨਾ ਉਨੇ ਪੈਸੇ ਲਿਆ ਦੂਗੀ। ਇੱਥੇ ਖੜੇ ਕੀ ਕਰਦੇ ਹੋ, ਜਾ ਕੇ ਛੇਤੀ ਛੇਤੀ ਸਾਈ ਦੇ ਆਓ, ਕਿਤੇ ਲੇਟ ਨਾ ਹੋ ਜਾਏ JCB। ਯਾਰ ਤੂੰ ਖੜੀ ਟਿਚਰਾਂ ਕਰਦੀ ਆ, ਮੈਂ ਸੱਚੀ ਲੈ ਕੇ ਆਉਣੀ ਹੈਗੀ, ਕਿਹੜਾ ਵੇਖ ਲੈਂਦੇ ਮੇਰੀ ਭਰਜਾਈ ਜ਼ਮੀਨ। ਨਾ ਨਾ ਜ਼ਮੀਨ ਵੇਚਣੀ ਹੈ ਨਾ ਤੁਹਾਨੂੰ ਕੁਛ ਮਿਲਣਾ, ਬਸ ਸੋਚ ਸੋਚ ਕੇ ਖੁਸ਼ ਹੋਈ ਜਾਓ। ਉਹ ਤੂੰ ਦੇਖਦੀ ਜਾ, ਸਭ ਕੁਛ ਮਿਲੂਗਾ, ਪਹਿਲਾਂ ਕੱਲਾ ਘਰੇ ਸੀਗਾ, ਹੁਣ ਤਾਂ ਜ਼ਮੀਨ ਵਾਲੀ ਲੋਟਰੀ ਲੱਗ ਗਈ, ਹੁਣ ਨਹੀਂ ਦੱਬਦੇ। ਚਲੋ ਵਧੀਆ ਗੱਲ ਹੈ, ਛੇਤੀ ਛੇਤੀ ਅਮੀਰ ਹੋਵੋ ਭਰਜਾਈ ਦੇ ਸਿਰ ਤੇ। ਭਰਜਾਈ ਦੇ ਸਿਰ ਤੇ ਨਹੀਂ ਅਮੀਰ ਹੋਣਾ, ਭਰਜਾਈ ਵਾਲੀ ਜ਼ਮੀਨ ਦੇ ਸਿਰ ਤੇ ਜ਼ਰੂਰ ਹੋਵਾਂਗੇ। ਹਾਂਜੀ ਹਾਂ, ਬਸ ਤੁਸੀਂ ਡਾਕੂਮੈਂਟ ਤਿਆਰ ਰੱਖਿਓ, ਲੋਨ ਕਰਾ ਦਾਂਗੇ ਆਪਾਂ। ਠੀਕ ਹੈ। ਹਰਮਨ ਪੁੱਤ, ਗੁਰਪ੍ਰੀਤ ਕਹਿੰਦੀ ਮੈਨੂੰ ਪੇਕਿਆਂ ਤੋਂ ਜ਼ਮੀਨ ਆਉਂਦੀ ਹੈ। ਹਾਂ ਬੇਬੇ ਆਉਂਦੀ ਤਾਂ ਹੈਗੀ ਆ ਥੋੜੀ ਜੀ। ਫੇਰ ਪੁੱਤ ਇੰਨੀ ਕੁ ਜ਼ਮੀਨ ਦਾ ਆਪਾਂ ਕੀ ਕਰਾਂਗੇ, ਉਹਨੂੰ ਕਹਿ ਪਰਾਂ ਵੇਚ ਦਊਗੀ। ਚਲ ਬੇਬੇ ਉਹਦੀ ਮਰਜ਼ੀ ਹੈ, ਵੇਚਣੀ ਹੋਊਗੀ ਵੇਚ ਦਊਗੀ, ਨਹੀਂ ਫਿਰ ਰੱਖ ਲਊਗੀ। ਦੇਖ ਪੁੱਤ, ਨਾ ਤਾਂ ਇੰਨੀ ਕੁ ਜ਼ਮੀਨ ਦਾ ਕੋਈ ਚੱਜ ਨਾਲ ਠੇਕਾ ਆਉਣਾ, ਨਾ ਆਪਾਂ ਇੰਨੀ ਕੁ ਜ਼ਮੀਨ ਤੇ ਖੇਤੀ ਕਰ ਸਕਦੇ ਹਾਂ। ਹਾਂ ਬੇਬੇ ਉਹ ਗੱਲ ਤਾਂ ਤੇਰੀ ਸਹੀ ਆ, ਪਰ ਉਹਨੇ ਵੇਚਣ ਵਾਸਤੇ ਮੰਨਣਾ ਨਹੀਂ, ਉਹ ਕਹਿੰਦੇ ਮੇਰੇ ਮਾਂ ਬਾਪ ਦੀ ਨਿਸ਼ਾਨੀ ਆ। ਲੈ ਪੁੱਤ, ਨਿਸ਼ਾਨੀਆਂ ਨੂੰ ਕੀ ਹੈ, ਜੇ ਉਹਦੇ ਨਾਮ ਨਾ ਲੱਗੀ ਹੁੰਦੀ ਫਿਰ ਵੀ ਤਾਂ ਸਾਰਦੀ। ਬੇਬੇ ਜੀ ਉਹਨੂੰ ਮੈਂ ਕਹੂੰਗਾ, ਫਿਰ ਉਹਨੂੰ ਇਹ ਲੱਗਣਾ ਵੀ ਇਹਨਾਂ ਨੂੰ ਲਾਲਚ ਹੋ ਰਿਹਾ ਜ਼ਮੀਨ ਦੇਖ ਕੇ। ਲੈ ਪੁੱਤ, ਰੱਖਣ ਨੂੰ ਕੀ ਹੈ, ਜੇ ਤੂੰ ਪਿਆਰ ਨਾਲ ਸਮਝਾਵੇਂਗਾ ਸਮਝ ਜੂਗੀ ਉਹ। ਫਿਰ ਬੇਬੇ ਮੈਂ ਐਂ ਕਰਦਾ, ਉਹਨੂੰ ਇਹ ਕਹਿਣਾ ਵੀ ਤੂੰ ਜ਼ਮੀਨ ਵੇਚ ਕੇ ਆਪਦੇ ਨਾਮ ਤੇ FD ਕਰਾ ਲਾ। ਲੈ ਪੁੱਤ, ਤੁਹਾਡੇ 'ਚ ਕੀ ਦੋਹਾਂ ਭਾਈਆਂ 'ਚ ਕੁਛ ਵੰਡੇ ਆ, ਉਹ ਆਪਣੇ ਨਾਮ ਕਿਉਂ ਕਰਾਉਗੀ, ਉਹੀ ਪੈਸੇ ਤੁਸੀਂ ਇੱਥੇ ਜ਼ਮੀਨ ਲੈ ਲਿਓ। ਹਾਂ ਬੇਬੇ ਇਹ ਗੱਲ ਵੀ ਸਹੀ ਆ,
ਆਪਾਂ ਉੱਥੇ ਵੇਚ ਕੇ ਇੱਥੇ ਆਪਾਂ ਨੂੰ ਕੋਈ ਨਾਲ ਲੱਗਦੀ ਮਿਲ ਗਈ ਤਾਂ ਆਪਾਂ ਉਹ ਲੈ ਕੇ 3-3 ਵਿਘੇ ਇਹਦਾ ਨਾਮ ਕਰਾ ਦਾਂਗੇ, ਉੱਥੇ ਵੀ ਉਹਨੂੰ 3 ਵਿਘੇ ਆਉਂਦੀ ਹੈ, ਨਾਲੇ ਜਨਾਨੀਆਂ ਦੇ ਨਾਮ 'ਤੇ ਰਜਿਸਟਰੀ ਕਰਾਉਣ 'ਤੇ ਖਰਚਾ ਵੀ ਘੱਟ ਪੈਂਦਾ। ਆਪਾਂ ਪੁੱਤ ਫਿਰ ਰੁਪਿੰਦਰ ਦੇ ਔਰ ਗੁਰਪ੍ਰੀਤ ਦੇ ਦੋਹਾਂ ਦੇ ਨਾਮ ਅੱਧੀ ਅੱਧੀ ਕਰਵਾ ਦਾਂਗੇ। ਪਰ ਨਹੀਂ ਬੇਬੇ, ਆਪਾਂ ਰੁਪਿੰਦਰ ਭਾਬੀ ਦਾ ਨਾਮ ਕਿਵੇਂ ਕਰਾ ਸਕਦੇ ਹਾਂ, ਜ਼ਮੀਨ ਤਾਂ ਗੁਰਪ੍ਰੀਤ ਉਹਦੇ ਪੇਕਿਆਂ ਦੀ ਵੇਚ ਕੇ ਆਊਗੀ। ਲੈ ਪੁੱਤ ਫਿਰ ਕੀ ਹੁੰਦਾ, ਜਦ ਤੁਸੀਂ ਦੋਵੇਂ ਭਾਈ ਇਕੱਠੇ ਹੋ ਤੁਹਾਡਾ ਸਭ ਕੁਛ ਸਾਂਝਾ, ਨਾਲ ਯਾਰ ਦੇਬੂ ਟਰੈਕਟਰ ਲਿਆਉਂਦਾ ਉਹਦੇ 'ਚ ਵੀ ਤਾਂ ਤੁਹਾਡਾ ਹਿੱਸਾ ਹੁੰਦਾ ਹੀ ਹੈ। ਬੇਬੇ ਟਰੈਕਟਰ ਦੀ ਗੱਲ ਹੋਰ ਆ, ਇਹ ਜ਼ਮੀਨ ਆ ਹੈਗੀ ਵੀ ਉਹਦੇ ਪੇਕਿਆਂ ਦੀ ਆ। ਚਾਹੇ ਪੇਕਿਆਂ ਦੀ ਹੋਵੇ ਚਾਹੇ ਸਹੁਰਿਆਂ ਦੀ, ਇਕੱਠ 'ਚ ਤਾਂ ਭਾਈ ਸਾਰੀ ਚੀਜ਼ ਸਾਂਝੀ ਹੁੰਦੀ ਹੈ। ਇਹਦਾ ਬੇਬੇ ਫਿਰ ਫਰਕ ਪਾਉਣ ਵਾਲੀ ਗੱਲ ਆ, ਗੁਰਪ੍ਰੀਤ ਨੇ ਮੰਨਣਾ ਹੀ ਨਹੀਂ। ਫਰਕ ਤਾਂ ਪੁੱਤ ਫਿਰ ਵੀ ਪਊਗਾ ਹੀ, ਜੇ ਉਹ ਸਾਰੀ ਜ਼ਮੀਨ ਇਕੱਲੀ ਆਪਣੇ ਨਾਮ ਕਰਾਇਆ ਹੀ। ਚਲ ਮੈਂ ਤਾਂ ਹਲੇ ਗੁਰਪ੍ਰੀਤ ਨੂੰ ਕੁਛ ਨਹੀਂ ਕਹਿੰਦਾ, ਜਿਵੇਂ ਵੀ ਕਰਨਾ ਉਹਦੀ ਮਰਜ਼ੀ ਹੈ। ਆ ਗਿਆ ਪੁੱਤ। ਹਾਂ ਬੇ ਲਾਇਆ ਪਾਣੀ, ਥੋੜੀ ਰਹਿ ਦੇ, 1-2 ਗੈਰੇਜ ਮਰਮਾ ਦਈਏ। ਚੱਲ ਚੰਗਾ ਕਰਿਆ। ਬੇਬੇ ਕਰੀ ਗੱਲ ਤਾਂ ਹਰਮਨ ਨਾਲ ਜ਼ਮੀਨ ਬਾਰੇ ਫਿਰ। ਹਾਂ ਪੁੱਤ ਮੈਂ ਤਾਂ ਕਰੀ ਸੀ ਗੱਲ, ਹਰਮਨ ਤਾਂ ਕਹਿੰਦਾ ਜ਼ਮੀਨ ਵੇਚ ਕੇ ਜਿਹੜੇ ਪੈਸੇ ਹੋਣਗੇ ਗੁਰਪ੍ਰੀਤ ਦੇ ਨਾਮ ਕਰਾ ਦਾਂਗੇ, ਨਹੀਂ ਫਿਰ ਕਹਿੰਦਾ ਜਿਹੜੀ ਇੱਥੇ ਜ਼ਮੀਨ ਲਵਾਂਗੇ ਉਹ ਗੁਰਪ੍ਰੀਤ ਦੇ ਨਾਮ ਕਰਵਾ ਦਾਂਗੇ। ਫਿਰ ਤਾਂ ਸਾਰੀ ਖੇਤੀ ਦੀ ਆਮਦਨ ਅਸੀਂ ਆਪਣੇ ਨਾਮ ਜਮ੍ਹਾਂ ਕਰਾ ਦਿਆ ਕਰਾਂਗੇ, ਆ ਜਿਹੜਾ ਕਿਰਾਇਆ ਲਾਉਂਦੇ ਨੇ ਟਰੈਕਟਰ ਦਾ ਉਹ ਵੀ ਜਮ੍ਹਾਂ ਕਰਾ ਦਿਆ ਕਰਾਂਗੇ, ਤੇ ਸਾਨੂੰ ਕੀ ਲੋੜ ਹੈ ਆ ਸਾਰੇ ਪੈਸੇ ਸਾਡੇ ਚਲਾਉਣ ਦੀ। ਮੈਂ ਪੁੱਤ ਕਿਹਾ ਹਰਮਨ ਨੂੰ ਵੀ ਤੁਹਾਡਾ ਇਕੱਠ ਦਾ ਕੰਮ ਹੈ, ਪਰ ਉਹ ਕਿੱਥੇ ਸਮਝਦਾ। ਬੇਬੇ ਹਰਮਨ ਉਹ ਕਹਿੰਦੇ ਹੋਣੀ ਵੀ ਸਾਰੇ ਪੈਸੇ ਮੈਂ ਆਪਦੇ ਕੱਲੀ ਨਾਲ ਕਰਾਉਂਗੀ। ਤੁਸੀਂ ਤਾਂ JCB ਲੈਣ ਨੂੰ ਫਿਰਦੇ ਸੀ ਪ੍ਰਧਾਈ ਦੀ ਜ਼ਮੀਨ ਤੇ, ਅਗਲੇ ਤਾਂ FD ਕਰਾਉਣ ਨੂੰ ਫਿਰਦੀ ਆ, ਮੈਂ ਤਾਂ ਤੁਹਾਨੂੰ ਪਹਿਲੇ ਹੀ ਕਿਹਾ ਸੀ। ਪੁੱਤ ਹਰਮਨ ਕਹਿੰਦਾ ਜੇ ਇੱਥੇ ਵੀ ਜ਼ਮੀਨ ਲਵਾਂਗੇ ਉਹ ਵੀ ਗੁਰਪ੍ਰੀਤ ਦੇ ਨਾਮ ਕਰਾਉਣੀ ਪਊਗੀ, ਨਾਲੇ ਜਨਾਨੀਆਂ ਦੇ ਨਾਂ ਤੇ ਕਹਿੰਦਾ ਰਜਿਸਟਰੀ ਦਾ ਖਰਚਾ ਘੱਟ ਹੋਊਗਾ। ਫੇਰ ਜਨਾਨੀਆਂ ਤਾਂ ਬੇਬੇ ਆਪਾਂ ਵੀ ਆ, ਆਪਣੇ ਨਾਮ ਕਿਹੜੇ ਰਜਿਸਟਰੀ ਨਹੀਂ ਹੋ ਸਕਦੀ। ਮੈਂ ਕਿਹਾ ਸੀ ਪੁੱਤ ਵੀ ਅੱਧੀ ਗੁਰਪ੍ਰੀਤ ਦੇ ਨਾਂ ਕਰਾ ਦਿਓ ਅੱਧੀ ਕਰਾ ਦੇਣਾ ਰੁਪਿੰਦਰ ਦੇ ਨਾਂ, ਪਰ ਹਰਮਨ ਕਹਿੰਦਾ ਨਹੀਂ, ਕਹਿੰਦਾ ਉਹਦੇ ਪੇਕਿਆਂ ਦੀ ਜ਼ਮੀਨ ਹੈ। ਬੇਬੇ ਫਿਰ ਤਾਂ ਕਾਹਦਾ ਇਕੱਠਾ, ਫਿਰ ਤਾਂ ਅੱਡ ਹੋਣ ਤੇ ਫਾਇਦਾ ਗਾ, ਅਸੀਂ ਕਮਾ ਕਮਾ ਘਰੇ ਖਰਚੀ ਜਾਵਾਂਗੇ, ਉਹ ਆਪਦਾ ਜਮ੍ਹਾਂ ਕਰੀ ਜਾਣਗੇ। ਬੇਬੇ ਜੀ ਫੇਰ ਤਾਂ ਤੁਸੀਂ ਘਰ ਵੰਡ ਕੇ ਦੇ ਦਿਓ ਜਿੰਨੇ ਵੀ ਸਾਡੇ ਹਿੱਸੇ ਆਉਂਦਾ, ਅਸੀਂ ਕਿਹੜਾ ਨੌਕਰ ਲੱਗੇ ਹੋਏ ਜਿਹੜੇ ਕਮਾ ਕਮਾ ਦੇਈ ਜਾਈਏ। ਚੱਲ ਅੱਡ ਤਾਂ ਕਾਹਨੂੰ ਹੋਣਾ ਪੁੱਤ, ਜੇ ਇਕੱਠੇ ਰਹੋਗੇ ਕੁਛ ਬਣ ਵੀ ਜਾਊਗਾ। ਇਕੱਠੇ ਰਹਿ ਕੇ ਨਹੀਂ ਸਾਡਾ ਕੁਛ ਬਣਨਾ, ਬਣ ਤਾਂ ਉਹਨਾਂ ਦਾ ਹੀ ਰਿਹਾ। ਫਿਰ ਮੈਂ ਤਾਂ ਇਹਦੀ ਜਿਹੜੇ ਜ਼ਮੀਨ ਵਿੱਚ ਕੇ ਪੈਸੇ ਹੋਣਗੇ ਉਹਦਾ ਨਵਾਂ ਟਰੈਕਟਰ ਕਢਾ ਲਾਂਗੇ, ਨਾਲੇ ਨਵੀਂ JCB ਲਿਆਵਾਂਗੇ, ਕਾਰੋਬਾਰ ਵੱਧ ਜਾਊਗਾ, ਪਰ ਜਦੋਂ ਮਨਾਂ 'ਚ ਬੇਈਮਾਨੀਆਂ ਨੇ ਫਿਰ ਕਿੱਥੋਂ। ਬੇ ਚੱਲ ਪੁੱਤ ਤੈਂ JCBਆਂ ਲੈ ਕੇ ਕੀ ਕਰਨਾ, ਤੈਨੂੰ ਕਿੰਨੀ ਵਾਰ ਤਾਂ ਕਿਹਾ ਵੀ ਤੂੰ ਵੀ ਕੋਈ ਨੌਕਰੀ ਲੱਗ ਜਾ। ਬੇਬੇ ਨੌਕਰੀ ਤੇ ਕਿਹੜਾ ਮੈਨੂੰ ਕੋਈ 50,000 ਦੇਣ ਲੱਗਿਆ, 10,000 ਤੋਂ ਵੱਧ ਨਹੀਂ ਦੇਣਾ, ਇਸ ਤੋਂ ਵੱਧ ਤਾਂ ਪੈਸੇ ਮੈਨੂੰ ਭਰਤ ਪਾਉਣ ਤੇ ਵੱਜ ਦੇਣਗੇ। ਬੇਬੇ ਦੀ ਨਾ ਗੱਲ ਸਹੀ ਹੈ, ਤੁਸੀਂ ਨਾ ਨੌਕਰੀ ਕਰ ਲਓ, ਫਿਰ ਕੀ ਹੈ ਜੇ ਘੱਟ ਤਨਖਾਹ ਹੋਊਗੀ, ਹਾਨ ਮਨ ਵਾਂਗੂ ਵਧੀਆ ਕੱਪੜੇ ਪਾ ਕੇ ਤਾਂ ਰੱਖੋਗੇ, ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋ ਹੀ ਰਹਿੰਦੇ ਹੋ, ਹਾਂ ਨਾਲੇ ਆਪਣਾ ਬਣਦਾ ਵੀ ਕੀ ਹੈ। ਬੇਬੇ ਦਾ ਹਰਮਨ ਨੂੰ ਐਂ ਪੁੱਛਣਾ ਸੀਗਾ ਵੀ ਟਰੈਕਟਰ ਲੈ ਕੇ ਨਾ ਦੇਬੂ ਕਿਹੜਾ ਆਪਦੇ ਨਾਂ ਕਰਾਉਂਦਾ, 2 ਟਰੈਕਟਰ ਹਰਮਨ ਦੇ ਨਾਂ ਨੇ, ਟਰੈਕਟਰਾਂ ਦਾ ਕੰਮ ਮੈਂ ਕਰਦਾ ਸਾਰਾ। ਬਹੁਤ ਕੁਛ ਕਿਹਾ ਪੁੱਤ ਮੈਂ ਤਾਂ ਹਰਮਨ ਨੂੰ, ਪਰ ਉਹ ਕਿੱਥੇ ਮੰਨਦਿਆ, ਤੂੰ ਸਬਰ ਕਰ ਲੈ ਵੀ ਜ਼ਮੀਨ ਹੈ ਨਹੀਂ ਤੀ ਉਹ। ਬੇਬੇ ਜੀ ਤੁਹਾਡੇ ਤੋਂ ਸਬਰ ਹੋ ਜਾਊਗਾ, ਸਾਡੇ ਤੋਂ ਸਬਰ ਨਹੀਂ ਹੋਣਾ, ਜੇ ਉਹਨਾਂ ਨੇ ਜ਼ਮੀਨ ਵੇਚ ਕੇ ਪੈਸੇ ਆਪਣੇ ਕੋਲ ਹੀ ਰੱਖਣੇ ਨੇ ਫਿਰ ਤਾਂ ਅੱਡ ਹੋਇਆ ਚੰਗਾ। ਫਿਰ ਆਪਾਂ ਕਰ ਵੀ ਕੀ ਸਕਦੇ ਹਾਂ, ਆਪਣੀ ਜ਼ਮੀਨ ਤਾਂ ਹੈ ਨਹੀਂ ਵੀ ਆਪਾਂ ਵੇਚ ਕੇ ਪੈਸੇ ਲੈ ਲਈਏ ਧੱਕੇ ਨਾਲ, ਇਹ ਤਾਂ ਜ਼ਮੀਨ ਉਹਦੇ ਪੇਕਿਆਂ ਦੀ ਹੈ ਵੀਰ। ਬੇਬੇ 6 ਲੱਖ ਨੂੰ ਵਿਘਾ ਲਾਈ ਨਾ, 3 ਵਿਘੇ 18 ਲੱਖ ਦੀ ਆ, 9-10 ਲੱਖ ਦਾ ਘਰ ਹੈਗਾ, 1 ਕਿੱਲਾ ਆਪਾਂ ਆਰਾਮ ਨਾਲ ਲੈ ਸਕਦੇ ਹਾਂ, ਜੋ ਦਿਲ 'ਚ ਬੇਈਮਾਨਾ ਨਾ ਰੱਖਣ। ਜੇ ਐਵੇਂ ਹੀ ਪੈਸੇ ਅੱਡੋ ਅੱਡੀ ਜਮ੍ਹਾਂ ਕਰਨੇ ਨੇ ਫੇਰ ਨਹੀਂ ਕੁਛ ਬਣਦਾ। ਮੈਨੂੰ ਤਾਂ ਐਂ ਲੱਗਦਾ ਪੁੱਤ ਕਿਤੇ ਆ ਜ਼ਮੀਨ ਕਰਕੇ ਆਪਣੇ ਘਰ 'ਚ ਨਾ ਫਰਕ ਪੈ ਜਾਵੇ। ਬੇਬੇ ਜੇ ਅਗਲਾ ਫਰਕ ਪਊਗਾ ਫਿਰ ਤਾਂ ਪੈਣਾ ਹੀ ਆ, ਇਸ ਤਾਂ ਇਮਾਨਦਾਰੀ ਨਾਲ ਚੱਲਦੇ ਆ ਪੂਰਾ। ਪੁੱਤ ਚੱਲ ਤਾਂ ਹਰਮਨ ਵੀ ਇਮਾਨਦਾਰੀ ਨਾਲ ਰਿਹਾ, ਜਿੰਨੇ ਪੈਸੇ ਕਮਾਉਂਦਾ ਸਾਰੇ ਘਰੇ ਫੜਾਉਂਦਾ, ਬਸ ਆ ਜ਼ਮੀਨ ਜੀ ਦਾ ਚੱਕਰ ਪੈ ਰਿਹਾ ਜਿਹੜਾ। ਬੇਬੇ ਜੀ ਮੈਨੂੰ ਇੱਕ ਗੱਲ ਐਂ ਦੱਸੋ, ਜੇ ਤੁਸੀਂ ਸਾਡੀ ਜਗ੍ਹਾ ਹੋਵੋ ਤਾਂ ਤੁਹਾਡਾ ਦਿਲ ਕੀ ਕਹੂ, ਤੁਹਾਨੂੰ ਨਹੀਂ ਗੁੱਸਾ ਆਊਗਾ ਇੱਕ ਜਣਾ ਪੈਸੇ ਜਮ੍ਹਾਂ ਕਰੀ ਜਾਵੇ। ਮੈਂ ਤਾਂ ਕਹਿੰਦੀ ਹਾਂ ਪੁੱਤ
ਤੂੰ ਗੁਰਪ੍ਰੀਤ ਦੇ ਮੂੰਹ ਦੀ ਭਾਫ ਲੈ ਕੇ ਦੇਖੀ, ਉਹ ਕੀ ਕਹਿੰਦੀ ਆ। ਬੇਬੇ ਜੀ, ਜੇ ਮੈਂ ਜ਼ਮੀਨ ਦੀ ਗੱਲ ਕਰੂੰਗੀ ਤਾਂ ਮੈਨੂੰ ਗਲਤ ਸਮਝੂਗੀ। ਜ਼ਮੀਨ ਦੀ ਗੱਲ ਤਾਂ ਤੁਹਾਨੂੰ ਕਰਨੀ ਚਾਹੀਦੀ ਆ, ਤੁਸੀਂ ਵੱਡੇ ਹੋ। ਹਾਂ ਬੇਬੇ, ਫਰਜ਼ ਬਣਦਾ ਤੇਰਾ, ਤੂੰ ਸਮਝਾ ਉਹਨੂੰ। ਜੇ ਬਾਈ ਕੋਈ ਇਕੱਠ ਰੱਖਣਾ ਤਾਂ ਸਾਰਾ ਕੁਝ ਸਾਂਝਾ ਚੱਲੂਗਾ, ਚਾਹੇ ਪੇਕਿਆਂ ਦਾ ਚਾਹੇ ਸਹੁਰਿਆਂ ਦਾ। ਮੈਂ ਦੇਖ ਲਓ ਆਪਣੇ ਪੇਕੇ ਤੋਂ ਕਿੰਨਾ ਦਾਜ ਲੈ ਕੇ ਆਈ ਆ, ਸਾਰੇ ਸਾਂਝੇ ਵਰਤਦੇ ਆ। ਮੈਂ ਤਾਂ ਕਦੇ ਨਹੀਂ ਕਿਹਾ ਹੈਗਾ ਵੀ ਮੇਰੀ ਚੀਜ਼ ਨਾ ਵਰਤੋ। ਲੈ ਹੋਰ, ਗੁਰਪ੍ਰੀਤ ਦਾ ਦਿੱਤਾ ਵੀ ਕੁਛ ਨਹੀਂ, ਸਾਰਾ ਸਮਾਨ ਤੇਰੇ ਵਾਲਾ ਵਰਤਦੀ ਆ ਉਹ। ਲੈ ਪੁੱਤ, ਹੋਰ ਘਰ ਤਾਂ ਫਿਰ ਐਵੇਂ ਚੱਲਦੇ ਨੇ, ਹਰਜਾ ਮਰਜਾ ਖਾ ਕੇ ਹੀ। ਫੇਰ ਤਾਂ ਹਰਜਾ ਮਰਜਾ ਸਭ ਨੂੰ ਖਾਣਾ ਚਾਹੀਦਾ, ਇੱਕ ਨਾਲ ਤਾਂ ਨਹੀਂ ਘਰ ਚੱਲਦਾ। ਚੱਲ ਮੈਂ ਗੁਰਪ੍ਰੀਤ ਨੂੰ ਆਪ ਸਮਝਾ ਕੇ ਦੇਖੂੰਗੀ। ਪੁੱਤ, ਹਰਮਨ ਤਾਂ ਪੁੱਠੀਆਂ ਗੱਲਾਂ ਕਰਦਾ। ਹਰਮਨ ਦਾ ਬੇਬੇ ਵਿਆਹ ਕਰਾ ਕੇ ਨਾ ਬਾਲਾ ਸਿਆਣਾ ਬਣ ਰਿਹਾ, ਇੰਨੀ ਸਿਆਣਪ ਚੰਗੀ ਨਹੀਂ ਹੁੰਦੀ। ਮੈਨੂੰ ਤਾਂ ਲੱਗਦਾ ਗੁਰਪ੍ਰੀਤ ਹੀ ਕਹਿੰਦੀ ਹੋਊਗੀ ਵੀ ਸਾਰੇ ਪੈਸੇ ਮੈਂ ਰੱਖਾਂ, ਇਹ ਤੋਂ ਸੁਣ ਕੇ ਹਰਮਨ ਨੇ ਬੇਬੇ ਨੂੰ ਕਹਿਤਾ। ਲੈ ਜੇ ਉਹ ਨਹੀਂ ਮੰਨਣਗੇ ਫਿਰ ਮੈਂ ਇੱਥੇ ਵਾਲੀ ਪੁੱਤ ਤੁਹਾਡੇ ਨਾਂ ਕਰਾ ਦੂੰਗੀ, ਉਹ ਰੱਖ ਲੈਣ 3 ਵਿਘੇ, ਇੱਥੇ ਤਾਂ ਆਪਣੇ ਕੋਲ 2 ਕਿੱਲੇ ਨੇ। ਬੇਬੇ ਤਾਂ ਐਵੇਂ ਨੀ ਕਹਿੰਦੇ ਵੀ ਉਹਨਾਂ ਦਾ ਹੱਕ ਮਾਰ ਕੇ ਸਾਨੂੰ ਦੇ, ਪਰ ਬਰਾਬਰ ਦਾ ਹੋਣਾ ਚਾਹੀਦਾ ਸਭ ਕੁਛ। ਫਿਰ ਗੁਰਪ੍ਰੀਤ ਨੂੰ ਵਰਤਣ ਨੂੰ ਹੈ ਕੌਣ ਹੈ? ਪੇਕੇ ਤਾਂ ਉਹਦੇ ਹੈ ਨਹੀਂ, ਜੇ ਸਾਡੇ ਨਾਲ ਵਿਗਾੜ ਪਾਊਗੀ ਫਿਰ ਵਰਤੂਗੀ ਕਿਹਦੇ ਨਾਲ? ਹੁਣ ਤਾਂ ਚਾਚੇ ਦੇ ਮੁੰਡੇ ਨੇ ਵੀ ਵਰਤਣਾ ਵੀ ਸਾਡੇ ਜ਼ਮੀਨ ਲੈ ਗਈ। ਪੁੱਤ, ਉਹ ਤਾਂ ਪਹਿਲਾਂ ਵੀ ਨਹੀਂ ਵਰਤਦੇ ਸੀ, ਦੱਸਦੀ ਤਾਂ ਸੀਗੀ ਗੁਰਪ੍ਰੀਤ, ਉਹ ਤਾਂ ਹੁਣੇ ਲਾਲਚ ਦਾ ਮਾਰਾ ਆਉਣ ਲੱਗਿਆ ਸੀ ਆਪਣੇ ਕੋਲ। ਅੱਜ ਕੱਲ ਤਾਂ ਸਕੇ ਭੈਣ ਭਰਾ ਕੋਲ ਦੀ ਟਾਈਮ ਹੈਗਾ, ਬੇਗਾਨਾ ਕਿਹੜਾ ਹੁੰਦਾ ਕਿਸੇ ਕੋਲੇ। ਕਿਉਂਕਿ ਹੁਣ ਤੱਕ ਹਰਮਨ ਦੇ ਵਿੱਚ ਕੀ ਫਰਕ ਪਈ ਸੀ, ਨਾ ਉਹਨੇ ਕਦੇ ਮੇਰੀ ਜਿੱਤ ਕੀਤੀ ਸੀ ਨਾ ਕਦੇ ਮੈਂ, ਜਿੰਨਾ ਵੱਧ ਖਰਚਾ ਉਹ ਕਰਦੇ ਚਾਹੇ ਮੈਂ ਕਰਦਾ, ਪਰ ਹੁਣ ਦੇਖਾਂਗੇ ਕੀ ਬਣਦਾ। ਪੁੱਤ, ਮੈਂ ਤਾਂ ਕਹਿੰਦੀ ਹਾਂ ਰੱਬ ਕਰਕੇ ਤੁਹਾਡੇ 'ਚ ਫਰਕ ਪਵੇ ਹੀ ਨਾ, ਦੋਵੇਂ ਭਾਈ ਐ ਰਹੋ ਪਿਆਰ ਨਾਲ। ਤੁਸੀਂ ਵੀ ਦੇਖਿਆ ਮੈਂ ਹਰਮਨ ਨਾਲ ਕਦੇ ਕੋਈ ਜਿੱਦ ਨਹੀਂ ਕੀਤੀ ਹੈਗੀ, ਮੈਂ ਉਹ ਦਿਓਰ ਨਹੀਂ ਭਰਾ ਹੀ ਸਮਝਦੀ ਸੀ। ਉਹਦੇ ਕੁਆਰੇ ਹੁੰਦੇ ਦੇ ਕੱਪੜੇ ਧੋਣ ਤੋਂ ਪ੍ਰੈਸ ਕਰਨ ਤੱਕ ਦੀ ਜ਼ਿੰਮੇਵਾਰੀ ਮੇਰੀ ਹੁੰਦੀ ਸੀ। ਉਹ ਫਿਰ ਹੁਣ ਤੱਕ ਬਣਾ ਵੀ ਬਹੁਤ ਕੁਛ ਲਿਆ, 2 ਨਵੇਂ ਟਰੈਕਟਰ, 2 ਟਰਾਲੀਆਂ, ਜਾਈ ਗੱਡ ਚੱਲੀ ਗਿਆ ਬਹੁਤ ਕੁਛ ਬਣ ਜੂਗਾ। ਬਸ ਪੁੱਤ, ਤੱਤੇ ਨਾ ਚੱਲੋ, ਮੈਂ ਪੂਰੀ ਬਾਹ ਲਾਉਂਗੀ ਵੀ ਤੁਹਾਡੇ 'ਚ ਕੋਈ ਫਰਕ ਨਾ ਪਵੇ। ਬਿਕਰੀ ਆ ਉਹ ਹੀ ਰੇਟ ਮਿਲ ਰਹੀ ਆ ਉੱਥੇ ਤਾਂ ਸੱਤ ਲੱਖ ਨੂੰ ਵਿਕਿਆ ਉੱਥੇ ਵਿਕੀ ਆ ਸੱਤ ਲੱਖ ਨੂੰ ਮਿਲ ਜੂ ਆਪਾਂ ਨੂੰ ਪਰ ਜ਼ਮੀਨ ਵਧੀਆ ਉਹਦੇ ਨਾਲੋਂ। 1 ਕਰੋੜ ਅੱਛਾ, ਚੱਲ ਮਿਲ ਲਾ ਤੇਰੀ ਭੈਣ ਅੰਦਰ ਆ, ਪੀ ਲੈ ਜਾ ਆਪਾਂ। ਠੀਕ ਆ, ਜਿਹੜੀ ਗੁਰਪ੍ਰੀਤ ਵਾਲੀ ਜ਼ਮੀਨ 7 ਲੱਖ ਨੂੰ ਵਿਕਾ ਵਿਕਰੀ ਆ, 21 ਲੱਖ ਆ ਗੁਰਪ੍ਰੀਤ ਦਾ। ਫਿਰ ਆਪਾਂ ਨੂੰ ਕੀ 21 ਲੱਖ ਦਾ ਭਾ ਕਰਾਉਣਾ, ਤਾਂ ਉਹਨੇ ਆਪਣੇ ਨਾਮ ਹੀ ਹੈ। ਉਹ ਖਬਰ ਬੇਬੇ ਸਮਝਾ ਦੇਵੇ ਉਹਨੂੰ, ਫਿਰ ਤਾਂ ਆਪਾਂ ਨੂੰ 10.5 ਲੱਖ ਮਿਲ ਜੂ। ਸੁਪਨੇ ਦੇਖਣ ਦਾ ਕੀ ਫਾਇਦਾ ਜਦ ਕਦੇ ਸੱਚ ਹੀ ਨਹੀਂ ਹੋਣੇ। ਚੱਲ ਬੇਬੇ ਨੇ ਕਿਹਾ ਤਾਂ ਹੈਗਾ ਜੋ ਥਲੀ ਮੀਂਹ ਚ ਨਹੀਂ ਜਾਣਗੇ ਕੁਛ ਤਾਂ ਬੇਬੇ ਵਾਲਾ ਸਾਰਾ ਕੁਛ ਆਪਣੇ ਨੂੰ ਕਰਾ ਦੂਗੀ। ਬੇਬੇ ਦੀ ਨੇ ਇਹ ਕਹਿਣ ਦੀਆਂ ਗੱਲਾਂ ਨੇ, ਬੇਬੇ ਨੂੰ ਤਾਂ ਆਪਣੇ ਛੋਟੇ ਨੂੰਹ ਪੁੱਤ ਦੇ ਲਾਡ ਵੀ ਬੜੀ ਛੇਤੀ ਆ ਜਾਂਦੇ। ਯਾਰ ਬੇਬੇ ਤਾਂ ਹੁਣ ਆਪਣੇ ਨਾਲ ਆ, ਨਾਲੇ ਬੇਬੇ ਨੂੰ ਪਤਾ ਹੀ ਆ ਫਿਰ ਘਰ 'ਚ ਫਰਕ ਪਊਗਾ। ਚਲੋ ਕੋਈ ਨੀ, ਪਤਾ ਲੱਗ ਜੂਗਾ ਬੇਬੇ ਕਿਹਦੇ ਪੱਖ ਪੂਰਦੀ ਹੈ। ਉਹ ਪੱਖ ਤਾਂ ਆਪਣੀ ਪੂਰਨਾਗਾ, ਮੈਨੂੰ ਪਤਾ ਹੀ ਆ। ਕੋਈ ਨੀ, ਮੈਂ ਵੀ ਦੇਖਦੀ ਹਾਂ। ਹੋਰ ਭੈਣੇ, ਕਿੱਥੇ ਸਲਾਹ ਪ੍ਰਾਹੁਣੇ ਨਾਲ? ਪ੍ਰਾਹੁਣੇ ਨਾਲ ਤਾਂ ਕੀ ਸਲਾਹ ਕਰਨੀ ਆ, ਮੇਰੀ ਸਲਾਹ ਤਾਂ ਮੇਰੇ ਮਨ ਨਾਲ ਹੀ ਆ। ਤੇਰੇ ਸੈਨਾ ਕਰਕੇ ਸਾਡਾ ਸਾਰਾ ਕੰਮ ਰੁਕਿਆ ਹੋਇਆ, ਬਿਆਨਾ ਤਾਂ ਅਸੀਂ ਲਈ ਬੈਠੇ ਆ ਸਾਰੀ ਜ਼ਮੀਨ ਦਾ। ਬਿਆਨਾ ਆਇਆ ਲੱਗੇ ਤੇ ਸੌਦਾ ਕਰਨ ਲੱਗੇ ਮੈਨੂੰ ਪੁੱਛਣਾ ਨਹੀਂ ਸੀ? ਤੇਰੇ ਨਾਲ ਭੈਣੇ ਪਹਿਲਾਂ ਤਾਂ ਨਹੀਂ ਗੱਲ ਕਰੀ ਵੀ ਤੈਨੂੰ ਕੀ ਇਤਰਾਜ਼ ਹੋਣਾ, ਜ਼ਮੀਨ ਤਾਂ ਸ਼ੁਰੂ ਤੋਂ ਸਾਡੇ ਕੋਲ ਹੀ ਹੈ। ਪਹਿਲਾਂ ਤੁਹਾਡੇ ਕੋਲ ਸੀ, ਹੁਣ ਤਾਂ ਮੈਂ ਹੀ ਰੱਖੂੰਗੀ, ਵੈਸੇ ਵੀ ਇੰਨੇ ਸਾਲ ਦਾ ਬਹੁਤ ਠੇਕਾ ਬਣਦਾ। ਚੱਲ ਕੋਈ ਨਾ, ਠੇਕੇ ਵਾਲੇ ਪੈਸੇ ਤੁਹਾਨੂੰ ਛੱਡੇ। ਅਸੀਂ ਤਾਂ ਬਿਆਨਾ ਲਈ ਬੈਠੇ ਸਾਰੀ ਜ਼ਮੀਨ ਦਾ, ਜ਼ਮੀਨ ਕਿਉਂ ਵੇਚਾਂਗੇ? ਤੂੰ ਸਾਈਨਿੰਗ ਕਰੇਂਗੇ? ਮੇਰੇ ਵਾਲੀ ਛੱਡ ਦਿਓ, ਬਾਕੀ ਵੇਚ ਦਿਓ।
ਜ਼ਮੀਨ ਤਾਂ ਭੈਣੇ ਸਾਡੀ ਹੋ ਆ, ਗਲਤੀ ਨਾਲ ਤੇਰੇ ਨਾਂ ਚੜੀ ਵੀ ਆ, ਤੂੰ ਸਹਿਣ ਕਰਦੇ ਅਸੀਂ ਰਜਿਸਟਰੀ ਕਰਾਉਂਦੇ ਬਣੀਏ। ਨਾ ਤੁਹਾਡੀ ਕਿਵੇਂ ਹੋਈ, ਜਿਹੜੀ ਜ਼ਮੀਨ ਮੇਰੀ ਆ ਨਾਲੇ ਗਲਤੀ ਨਾਲ ਨਹੀਂ ਚੜੀ, ਮੇਰਾ ਵੀ ਪੂਰਾ ਹੱਕ ਬਣਦਾ, ਜਿੰਨੀ ਤੇਰੀ ਦਾਦੀ ਸੀ ਓਨੀ ਉਹ ਮੇਰੀ ਦਾਦੀ ਸੀ। ਦਾਦੀ ਤਾਂ ਸ਼ੁਰੂ ਸਾਡੇ ਨਾਲ ਰਹੀ ਆ, ਜ਼ਮੀਨ ਵੀ ਉਹ ਸਾਨੂੰ ਦੇ ਕੇ ਗਈ ਆ, ਇਹ ਤਾਂ ਮੇਰੇ ਬਾਪੂ ਤੋਂ ਗਲਤੀ ਹੋ ਗਈ, ਜਿਉਂਦੇ ਜੀ ਦਾਦੀ ਸਾਡੇ ਨਾਂ ਨਹੀਂ ਕਰੇ ਜ਼ਮੀਨ। ਕੱਲਾ ਤੇਰਾ ਡੈਡੀ ਨੀ, ਮੇਰਾ ਡੈਡੀ ਵੀ ਉਸੇ ਦਾਦੀ ਦਾ ਮੁੰਡਾ ਤੇ ਕਾਨੂੰਨ ਸਾਰਿਆਂ ਚ ਬਰਾਬਰ ਵੰਡੀ ਪਾਉਂਦਾ, ਤੇ ਜਿੰਨੀ ਮੇਰੇ ਹਿੱਸੇ ਆਉਂਦੀ ਸੀ ਮੈਨੂੰ ਮਿਲ ਗਈ। ਅੱਛਾ ਮਤਲਬ ਹੁਣ ਤੂੰ ਜ਼ਮੀਨ ਸਾਨੂੰ ਨਹੀਂ ਦਿੰਦੀ? ਮੈਂ ਆਪਣੇ ਹਿੱਸੇ ਦੀ ਜ਼ਮੀਨ ਤੈਨੂੰ ਕਿਉਂ ਦੇਵਾਂਗੀ, ਜਿਹੜੀ ਤੁਹਾਨੂੰ ਆਉਂਦੀ ਆ ਤੁਸੀਂ ਵੇਚ ਦਿਓ। ਭੈਣਾਂ ਭਾਈਆਂ ਦਾ ਜ਼ਮੀਨ ਲੈਂਦੇ ਚੰਗੀ ਨਹੀਂ ਲੱਗਦੀ ਹੁੰਦੀ ਆ, ਨਾਲੇ ਭੈਣ ਭਾਈ ਦਾ ਰਿਸ਼ਤਾ ਸਾਰੀ ਉਮਰ ਦਾ ਹੁੰਦਾ। ਜੇ ਆ ਭੈਣ ਭਾਈ ਰਿਸ਼ਤਾ ਮੇਰੇ ਮਾਂ ਹੁੰਦੇ ਦਿਖਾਉਂਦਾ ਨਾ, ਕੀ ਪਤਾ ਮੈਂ ਤੈਨੂੰ ਜ਼ਮੀਨ ਦੇ ਵੀ ਦਿੰਦੀ। ਪਰ ਤੇਰੇ ਮਾਂ ਬਾਪ ਤਾਂ ਸਾਰੀ ਉਮਰ ਮੇਰੇ ਮਾਂ ਨੂੰ ਤਪਾਉਂਦੇ ਰਹੇ ਆ, ਨਾ ਹੁਣ ਕਾਹਦੀ ਸਕੀਰੀ? ਮੈਂ ਤਾਂ ਤੈਨੂੰ ਆਪਣੀ ਸਕੀ ਭੈਣ ਸਮਝ ਕੇ ਆਇਆ ਦੀ, ਜੇ ਤੂੰ ਫਰਕ ਕਰਨਾ ਹੁਣ ਤੇਰੀ ਮਰਜ਼ੀ ਆ। ਮੈਂ ਫਰਕ ਨਹੀਂ ਕਰਦੀ, ਪਰ ਜਿਹੜਾ ਮੇਰਾ ਹੱਕ ਆ ਨਾ ਮੈਂ ਤਾਂ ਉਹ ਜਿਤਾ ਰਹੀ ਹਾਂ। 5-7 ਲੱਖ ਤੇਰੀ ਸਾਰੀ ਉਮਰ ਦੀ ਨਿਕਲ ਲੱਗੀ, ਨਾਲੇ ਆਪਣੀ ਰਿਸ਼ਤੇਦਾਰੀ ਟੁੱਟ ਜਾਊਗੀ, ਤੂੰ ਸਾਇਨ ਕਰਦੇ ਆਪਾਂ ਵਰਤਦੇ ਰਹਿ ਜਾਂਗੇ, ਨਾਲੇ ਤੇਰੇ ਵਾਸਤੇ ਮੈਂ ਸੰਧਾਰਾ ਵੀ ਤਾਂ ਲੈ ਕੇ ਆਇਆ ਕਰੂੰਗਾ। 5-7 ਲੱਖ ਦੀ ਉਮਰ ਤਾਂ ਤੁਹਾਡੀ ਵੀ ਨਹੀਂ ਲੱਗਣ ਲੱਗੀ, ਫਿਰ ਤੁਸੀਂ ਸ਼ਰਦੋ ਆਪਦੀ ਭੈਣ ਲਈ, ਵੈਸੇ ਵੀ ਤਾਂ ਭੈਣਾਂ ਲਈ ਭਾਈ ਕਿੰਨਾ ਕੁਛ ਕਰ ਦਿੰਦੇ ਆ, ਤੁਸੀਂ 3 ਵਿਘੇ ਜ਼ਮੀਨ ਨਹੀਂ ਛੱਡ ਸਕਦੇ? ਤੁਹਾਡੇ ਹਿੱਸੇ ਦੀ ਜ਼ਮੀਨ ਤਾਂ ਵੰਡ ਕੇ ਦਿੱਤੀ ਹੋਈ ਆ, ਇਹ ਤਾਂ ਸਾਡੇ ਹਿੱਸੇ ਦੀ ਹੋਆ। ਵੀਰੇ ਬਹਿਸ ਕਰਨ ਦਾ ਕੋਈ ਫਾਇਦਾ ਨਹੀਂ, ਜਿਹੜੀ ਮੇਰੇ ਹਿੱਸੇ ਦੀ ਜ਼ਮੀਨ ਆ ਮੈਂ ਰੱਖਾਂ ਚਾਹੇ ਵੇਚਾਂ, ਉਹ ਮੇਰੀ ਮਰਜ਼ੀ ਆ। ਐਂ ਹੋਰ ਤਾਂ ਨਹੀਂ ਕਿਸੇ ਨੂੰ ਸਾਡੀ ਜ਼ਮੀਨ 'ਚ ਪੈਰ ਰੱਖਣ ਦਿੰਦੇ? ਕੋਈ ਤੁਹਾਡੀ ਜ਼ਮੀਨ 'ਚ ਕਿਉਂ ਆਊਗਾ, ਮੈਂ ਤਾਂ ਆਪਦੀ ਜ਼ਮੀਨ 'ਚ ਜਾਊਂਗੀ, ਨਾਲੇ ਖੇਤੀ ਵੀ ਕਰਾਊਂਗੀ। ਤੁਹਾਡੀ ਜ਼ਮੀਨ ਤਾਂ ਪਹਿਲੀ ਵੇਚਤੀ ਤੇਰੇ ਬਾਪੂ ਨੇ ਨਸ਼ੇ ਪੱਤਿਆਂ 'ਚ, ਇਹ ਤਾਂ ਸਾਡੀ ਜ਼ਮੀਨ ਆ, ਹੁਣ ਤਾਂ ਸਾਡੇ ਨਾਲ ਧੱਕਾ ਕਰੀ ਜਾਂਦੀ ਆ। ਮੇਰੇ ਬਾਪ ਨੇ ਨਸ਼ਿਆਂ 'ਚ ਨਹੀਂ ਵੇਚੀ, ਉਹ ਜ਼ਮੀਨ ਵੇਚ ਕੇ ਤਾਂ ਮੇਰੀ ਮਾਂ ਨੇ ਮੇਰੇ ਬਾਪ ਦਾ ਇਲਾਜ ਕਰਵਾਇਆ ਸੀ। ਦੇਖ ਕਮਾ ਫਰਾ ਕੇ ਗੱਲ ਕਰਨਾ ਕੋਈ ਫਾਇਦਾ ਨਹੀਂ, ਉਹ ਜ਼ਮੀਨ ਵੀ ਸਾਡੀ ਹੋਆ ਤੇ ਕਬਜ਼ਾ ਵੀ ਸਾਡਾ ਹੀ ਆ, ਜੇ ਨਹੀਂ ਵਿਕੂਗੀ ਫਿਰ ਵੀ ਅਸੀਂ ਵਾਹੁਣੀ ਆ, ਸਾਨੂੰ ਭਾਵੇਂ ਕੁਛ ਵੀ ਕਰਨਾ ਪੈ ਜੇ। ਫਿਰ ਮੇਰੇ ਹਿੱਸੇ ਦੀ ਮੈਂ ਵੀ ਵਾਹੁਣੀ ਆ, ਚਾਹੇ ਮੈਨੂੰ ਵੀ ਕੁਛ ਵੀ ਕਰਨਾ ਪੈ ਜੇ। ਦੇਖ ਫਿਰ ਵੀ ਤੂੰ ਮੇਰੀ ਭੈਣ ਆ, ਚੱਲ ਤੇਰੇ ਕਰਕੇ ਇੰਨਾ ਕਰਦਾ ਨਾ, ਤੈਨੂੰ 2-4 ਲੱਖ ਦੇ ਵੀ ਦੇਵਾਂਗੇ, ਜੇ ਕੋਈ ਬਗਾਨਾ ਹੁੰਦਾ ਉਹ ਤਾਂ ਕੁੱਟ ਕੇ ਸਾਇਨ ਕਰਾ ਲਾਂਗਾ। ਇਹ ਤੁਹਾਡਾ ਭੁਲੇਖਾ ਹੀ ਆ ਵੀਰੇ, ਕੁੱਟ ਕੇ ਕੋਈ ਵੀ ਕਿਸੇ ਤੋਂ ਸਾਇਨ ਨਹੀਂ ਕਰਵਾ ਸਕਦਾ। ਚੱਲ ਤੂੰ ਬਾਕੀ ਗੱਲ ਛੱਡ, ਤੂੰ 4 ਲੱਖ ਲੈਣਗੇ 5 ਲੱਖ ਲੈਣਾ ਸਾਇਨ ਕਰਨ ਦਾ, ਬਾਕੀ ਜੇ ਤੂੰ ਸਲਾਹ ਕਰਨੀ ਹੈ ਕਰ ਲੈ, ਮੈਨੂੰ ਫੇਰ ਦੱਸ ਦੇ। ਮੇਰੀ ਸਲਾਹ ਤਾਂ ਮੇਰੇ ਮਨ ਨਾਲ ਹੀ ਹੁੰਦੀ ਆ, ਤੇ ਮੇਰਾ ਮਨ ਕਹਿੰਦਾ ਵੀ ਜਿਹੜੀ ਜ਼ਮੀਨ ਹੀ ਮੇਰੀ ਆ ਫਿਰ ਤੁਸੀਂ ਕੌਣ ਹੁੰਦੇ ਹੋ 5-7 ਲੱਖ ਦੇਣ ਵਾਲੇ ਉਹਦਾ? ਦੇਖ ਪਿਆਰ ਨਾਲ ਮਸਲੇ ਹੱਲ ਹੋ ਜਾਂਦੇ ਨੇ, ਜਿੱਦ ਨਾਲ ਕੀ ਨਿਕਲਣਾ, 7 ਲੱਖ ਵਿਘੇ ਨੂੰ ਉੱਥੇ ਵਿਖੀ ਆ, ਤੈਨੂੰ 1 ਵਿਘੇ ਪੈਸੇ ਦੇ ਦੇਣੇ 7 ਲੱਖ। ਜਦੋਂ ਆਉਂਦੇ ਮੈਨੂੰ 3 ਵਿਘੇ ਆ, ਫਿਰ ਮੈਂ 1 ਵਿਘੇ ਦੇ ਪੈਸੇ ਕਿਉਂ ਲਵਾਂ? ਜੇ ਉਹ 3 ਵਿਘੇ ਤੁਹਾਨੂੰ ਆਉਂਦੀ ਹੁੰਦੀ ਦਾਦੀ ਜੁੰਦੀ ਨੂੰ ਨਾ ਤੁਹਾਨੂੰ ਦੇ ਕੇ ਜਾਂਦੀ? ਦਾਦੀ ਜਾਉਂਦੇ ਜੀ ਤੇ ਭਾਵੇਂ ਨਾ ਦੇਖ ਗਈ, ਪਰ ਹੁਣ ਤਾਂ ਮੇਰੇ ਨਾਮ ਹੀ ਆ ਨਾ। ਹੱਕ ਦਾ ਖਾਦੇ ਸਹੀ ਹੁੰਦਾ, ਕਿਸੇ ਦਾ ਹੱਕ ਨਹੀਂ ਮਾਰੀਦਾ ਹੁੰਦਾ। ਇਹੀ ਗੱਲ ਤਾਂ ਮੈਂ ਕਹਿਣੀ ਸੀ ਵੀ ਕਿਸੇ ਦਾ ਹੱਕ ਨਹੀਂ ਮਾਰੀਦਾ ਹੁੰਦਾ। ਉਹ ਤੂੰ 3 ਵਿਘੇ ਰੱਖ ਕੇ ਕਰੇਂਗੀ ਕੀ? ਨਾ ਤਾਂ ਉਸੇ ਠੇਕੇ ਤੇ ਲੈਣ ਦੇਣੀ ਆ, ਨਾ ਅਸੀਂ ਕਬਜ਼ਾ ਛੱਡਣਾ। ਕਬਜ਼ਾ ਤਾਂ ਮੈਂ ਆਪੇ ਛੁਡਾ ਲੂੰਗੀ ਜਦੋਂ ਮੇਰੇ ਨਾਮ ਆ, ਫਿਰ ਕੋਈ ਕੀ ਲੱਗਦਾ ਉਹ ਤੇ ਕਬਜ਼ਾ ਕਰਨ ਵਾਲਾ? ਦੇਖ ਭਾਈ ਹੁਣ ਤੱਕ ਤੈਨੂੰ ਮੈਂ ਪਿਆਰ ਨਾ ਸਮਝਾਉਣਾ ਤੀ, 7 ਲੱਖ ਲੈਣਾ ਲੈ ਲੈ, ਨਹੀਂ ਫਿਰ ਇਹ ਤੂੰ ਜਾਏਂਗੀ ਨਾਲੇ ਆ, ਫਿਰ ਕਬਜ਼ੇ ਵਾਲੇ ਰਾਹ ਤਾਂ ਬਹੁਤ ਦੂਰ ਨੇ। ਅੱਛਾ ਅਰੇ ਵਾਰ ਵਾਰ ਦਿਖਾ ਕੇ ਡਰਾ ਕੇ ਸਾਇਨ ਕਰਾਉਣ ਆਇਆ ਮੇਰੇ ਤੋਂ? ਆ ਖਿਡਾਉਣਿਆਂ ਤੋਂ ਨੀ ਮੈਂ ਡਰਦੀ, ਮੌਤ ਤਾਂ ਇੱਕ ਦਿਨ ਆਉਣੀ ਆ, ਆ ਮੌਤ ਦੇ ਡਰ ਤੋਂ ਨਾ ਮੈਂ ਆਪਦਾ ਹੱਕ ਨਹੀਂ ਛੱਡਦੀ। ਮੈਂ ਤੈਨੂੰ ਡਰਾਉਣ ਨਹੀਂ ਆਇਆ, ਤੈਨੂੰ ਦੱਸ ਰਿਹਾ ਜ਼ਮੀਨ ਸਾਡੀ ਆ ਤੇ ਸਾਡੀ ਹੀ ਰਹੂਗੀ, ਬਗਾਨੇ ਨੂੰ ਕਿਸੇ ਉੱਤੇ ਪੜ ਲੈਂਦਾ ਮੈਂ। ਮੇਰੀ ਜ਼ਮੀਨ ਆ, ਮੈਂ ਫਸਲ ਬੀਜੂੰਗੀ ਵੀ ਤੇ ਵੱਢੂੰਗੀ ਵੀ, ਜੀ ਚ ਦਮ ਹੈਗਾ ਰੋਕ ਲੈ। ਰੋਕਣ ਦਾ ਅਸੀਂ ਜਾਣਦੇ ਆ, ਕਬਜ਼ਾ ਤਾਂ ਅਸੀਂ ਤੇਰੇ ਬਾਪੂ ਨੇ ਲੈਣ ਦਿੱਤਾ, ਤੇ ਚੀਜ਼ ਇਹ ਕੀ ਆ, ਨਾਲੇ ਜਿਹਨੇ ਜ਼ਮੀਨ ਬੰਦ ਭੇਜੇਂਗੀ ਉਹਦੇ ਸੰਸਕਾਰ ਦੀ ਤਿਆਰੀ ਕਰਕੇ ਰੱਖੀ। ਵੀਰੇ ਇਹਦਾ ਟਾਈਮ ਹੀ ਦੱਸੂਗਾ ਵੀ ਕਿਹਦੇ ਸੰਸਕਾਰ ਹੁੰਦੇ ਨੇ। ਕੋਈ ਨਾ ਫਿਰ ਆ ਕੇ ਦੇਖ ਲਓ ਜ਼ਮੀਨ 'ਚ, ਪਤਾ ਲੱਗ ਜੂ ਨਾਲੇ ਬਗਾਨੀ ਜ਼ਮੀਨ ਦਾ ਕਿਵੇਂ ਕਬਜ਼ਾ ਲਈਦਾ ਹੁੰਦਾ। ਬੇਗਾਨੀ ਨਹੀਂ ਸਾਡੀ ਆਪਦੀ ਆ, ਜੱਦੀ ਜਾਇਦਾਦ ਮੇਰੇ ਦਾਦੀ ਵਾਲੀ ਰੱਖੀ ਆ ਤੁਹਾਡੇ ਕੋਲ, ਤੁਹਾਡੇ ਬਾਪ ਵਾਲੇ ਨੂੰ ਗਈ, ਉਹ ਵੀ ਜੱਦੀ ਜ਼ਮੀਨ ਸੀ, ਮਾਮਾ ਧੀਆਂ ਭੋਰ ਭੋਰ ਖਾਈ ਗਈ ਆ, ਇਹ ਕੀ ਤੁਸੀਂ ਰੱਖ ਲਓਗੀ ਆ? ਮੈਂ ਚਾਹੇ ਰੱਖਾਂ ਚਾਹੇ ਵੇਚਾਂ, ਮੇਰੀ ਜ਼ਮੀਨ ਮੇਰੀ ਮਰਜ਼ੀ। ਕੋਈ ਨਾ ਫਿਰ ਜੇ ਤੁਹਾਡੀ ਜ਼ਮੀਨ ਆ, ਆ ਜਾਓ ਫਿਰ ਕਬਜ਼ਾ ਤੁਹਾਨੂੰ ਦੇ ਕੇ ਤੋੜਾਂਗੇ।
ਮਨਿੰਦਰ ਕਿਵੇਂ ਘੁਸਰਿਆ ਜਾ ਰਿਹਾ ਸੀ, ਮੈਨੂੰ ਬੁਲਾਇਆ ਹੀ ਨਹੀਂ। ਲੜਕੇ ਗਿਆ ਮੇਰੇ ਨਾਲ। ਅੱਛਾ ਕਿਉਂ ਪੁੱਤ, ਕੀ ਗੱਲ ਹੋ ਗਈ? ਆ ਜਿਹੜੀ ਜ਼ਮੀਨ ਮੈਨੂੰ ਨਹੀਂ ਆਉਂਦੀ, ਸ਼ੁਰੂ ਤੇ ਕਬਜ਼ਾ ਉਹਨਾਂ ਕੋਲ ਆ, ਕਹਿੰਦਾ ਅਸੀਂ ਨਹੀਂ ਕਬਜ਼ਾ ਛੱਡਦੇ, ਤੂੰ ਸਾਰੇ ਦਾ 7 ਲੱਖ ਲੈਣਾ ਤਾਂ ਲੈ ਲਾ। ਹਾਂ ਮੈਨੂੰ ਕਹਿੰਦਾ ਸੀ ਵੀ 7 ਲੱਖ ਨੂੰ ਵਿਕ ਰਹੀ ਆ, ਫਿਰ ਤਾਂ 21 ਲੱਖ ਦੀ ਬਣਦੀ ਆ, ਤੇ 7 ਲੱਖ ਕਿਵੇਂ ਲੈ ਲਈਏ? ਚਾਹੇ 21 ਦੀ ਹੋਵੇ ਚਾਹੇ 50 ਦੀ, ਜਦੋਂ ਮੈਂ ਵੇਚਣੀ ਨਹੀਂ ਮੈਂ ਤਾਂ ਰੱਖਣੀ ਆ। ਫੇਰ ਪੁੱਤ ਲੜਾਈਆਂ ਝਗੜੇ ਹੋਣਗੇ, ਜਿੰਨੇ ਦੰਦਾ ਓਨੇ ਹੀ ਲੈ ਲੈ ਚੁੱਪ ਕਰਕੇ। ਲੈ ਬੇਬੇ, ਜ਼ਮੀਨ ਤਾਂ ਗੁਰਪ੍ਰੀਤ ਦੇ ਨਾਮ ਆ, ਉਹ ਕੀ ਲੱਗਦੇ ਨੇ ਜ਼ਮੀਨ ਦੇ? ਫੇਰ ਤਾਂ ਆਪਾਂ ਨੂੰ ਕਬਜ਼ਾ ਲੈਣਾ ਪਊਗਾ, ਕੈੜੇ ਹੋ ਗਏ। ਕਬਜ਼ਾ ਤਾਂ ਬਥੇਰਾ ਲੈ ਲੂ, 7-10 ਨੱਚਦਾ ਫਿਰੂ ਆਪਣੇ ਨਾਲ, ਦੇਖੀ ਉੱਥੇ ਨਾ। ਅਗਲੇ ਦਾ ਕੀ ਪਤਾ, ਸੱਟ ਪੇਟ ਮਾਰੇ ਫੇਰ ਕੀ ਕਰਾਂਗੇ? ਕਬਜ਼ੇ ਤਾਂ ਨਾ ਲੜਾਈਆਂ ਝਗੜੇ ਕਰਕੇ ਲੈ ਜਾਂਦੇ ਨੇ, ਐਵੇਂ ਨਹੀਂ ਲੈ ਜਾਂਦੇ ਕਬਜ਼ੇ। ਉਹ ਯਾਰ ਆਪਾਂ ਲੜਾਈ ਝਗੜਿਆਂ 'ਚ ਪੈਣ ਦੀ ਲੋੜ ਕੀ ਆ, ਆਪਾਂ ਕੇਸ ਕਰ ਦਾਂਗੇ, ਪੁਲਿਸ ਆਪੇ ਕਬਜ਼ਾ ਦਵਾਊਗੀ, ਜਦ ਜ਼ਮੀਨ ਗੁਰਪ੍ਰੀਤ ਦਾ ਨਾਮ ਆ। ਉਹ ਪੁਲਿਸ ਦਾ ਨਾ ਇੱਕ ਵਾਰ ਕਬਜ਼ਾ ਦਵਾ ਦੂਗੀ, ਪਾਉਣੀ ਤਾਂ ਫਿਰ ਆਪਾਂ ਨੂੰ ਪਊਗੀ, ਮੈਨੂੰ ਤਾਂ ਨਾ ਕੜਾਸਾ ਰੇਤ ਕੇ ਰੱਖਣਾ ਪਊਗਾ। ਉਹ ਤਾਂ ਰਿਵਾਲਵਰ ਦਿਖਾ ਕੇ ਧਮਕੀ ਦੇ ਕੇ ਗਿਆ, ਕਹਿੰਦਾ ਆ ਕੇ ਦੇਖਿਓ ਮੇਰੀ ਜ਼ਮੀਨ 'ਚ, ਫਿਰ ਦੱਸੋ ਕਿਵੇਂ ਲਈਦੇ ਹੁੰਦੇ ਕਬਜ਼ੇ। ਨਾ ਨਾ ਪੁੱਤ, ਫੇਰ ਨਾ ਪੰਗਾ ਲਿਓ, ਕੀ ਪਤਾ ਅਗਲਾ ਕੀ ਕਰ ਦੇਵੇ, ਫੇਰ ਨੀ ਫਾਇਦਾ ਪੁੱਤ ਜਿੱਦ ਪਾਉਣ ਦਾ, ਜਿਹੜੀ ਦੰਦੇ ਨੇ ਚੁੱਪ ਕਰਕੇ ਲੈ ਲਓ। ਬੇਬੇ ਐਂ ਡਰ ਕੇ ਥੋੜਾ ਅਬਦਖ ਛੱਡੇ ਹੋ, ਆਪਣੀ ਜ਼ਮੀਨ ਉਹ ਵੀ ਕਰ ਸਕਦੇ ਨੇ। ਲੋਕਾਂ ਨੂੰ ਸਬਰ ਹੀ ਨਹੀਂ ਹੈਗਾ, ਹੁਣ ਤੱਕ ਉਹਨਾਂ ਕੋਲ ਹੀ ਸੀ, ਹੁਣ ਛੱਡਣ ਨੂੰ ਦਿਲ ਨਹੀਂ ਕਰਦਾ। ਉਹਨਾਂ ਐਂ ਦੀ ਵੀ ਤਾਂ ਡਰਾ ਕੇ ਸਾਈਨ ਕਰਾ ਲਾਂਗੇ, ਪਰ ਉਹ ਐ ਨਹੀਂ ਪਤਾ ਵੀ ਮੁਰੇ ਵੀ ਕੀਤੇ ਵਾਲੇ ਜੱਟ ਨੇ, ਨੌਕਰੀ ਵਾਲੇ ਬਾਬੂ ਨਹੀਂ ਹੈਗੇ ਵੀ ਡਰ ਜਾਣਗੇ। ਪੁੱਤ ਲੜਾਈਆਂ ਝਗੜੇ ਵਾਲੇ ਕੰਮ ਮਹਿੰਗੇ ਪੈ ਜਾਂਦੇ ਨੇ, ਨਾਲੇ ਜਿੰਨੀ ਦੀ ਜ਼ਮੀਨ ਹੈ ਓਨੇ ਹੀ ਉੱਪਰ ਲੱਗ ਜਾਣਗੇ, ਜੇ ਕਿਸੇ ਦੇ 7 ਫੇਟ ਲੱਗ ਗਈ ਫਿਰ ਹੋਰ ਵੀ ਔਖਾ ਹੋ ਜੂ। ਬੇਬੇ ਫਿਰ ਡਰ ਡਰ ਚ ਨਾ ਜ਼ਮੀਨ ਫਰੀ ਦੇ ਛੱਡ ਦਈਏ। ਲੈ ਛੱਡਾਂਗੇ ਕਿਉਂ, ਮੈਂ ਖੁਦ ਜਾਊਂਗੀ ਕਬਜ਼ਾ ਲੈਣ, ਮਾਰਨ ਜਿਹੜੀ ਮੇਰੀ ਗੋਲੀ ਮਾਰਨੀ ਉਹਨਾਂ ਨੇ। ਦੇਖ ਲਓ ਪੁੱਤ, ਕਿਸੇ ਸਿਆਣੇ ਬੰਦੇ ਦੀ ਸਲਾਹ ਲੈ ਲਓ, ਕਿਤੇ ਹੋਰ ਨਾ ਦੇਣੇ ਦੇ ਲੈਣੇ ਪੈ ਜਾਣ। ਬੇਬੇ ਕਿਉਂ ਡਰਦੀ ਆ, ਐਡੇ ਬੇਸਾਮ ਸੁਣਾਂਗੇ, ਇੰਨੇ ਤਾਂ ਸਿਆਣੇ ਹੈਗੇ ਆ, ਇੰਨੀ ਕਾਕਲ ਹੈਗੀ ਆ ਸਾਨੂੰ। ਨਾ ਮੇਰੀ ਗੱਲ ਸੁਣ, ਤੂੰ ਐਵੇਂ ਮੂਰੇ ਹੋ ਕੇ ਕਬਜ਼ੇ ਛੁਡਾਉਣ ਨੂੰ ਫਿਰਦਾ ਜਿਵੇਂ 3 ਦੇ 3 ਵਿਕੇ ਤੇਰੇ ਨਾਂ ਕਰਾਏ ਹੋਣ। ਬਸ ਕਰ, ਸਾਰ ਲੈ, ਐਵੇਂ ਕਿਸੇ ਦਾ ਹੱਥ ਪੈਰ ਨਾ ਤੁਰਾ ਕੇ ਬੈ ਜੀ। ਜਿਵੇਂ ਕਬਜ਼ਾ ਲੈ ਕੇ ਦਊਗਾ ਤਾਂ ਕੁਛ ਨਾ ਕੁਛ ਮੈਨੂੰ ਵੀ ਦੇਣਗੇ ਵਿੱਚੋਂ ਉਹ। ਨਾ ਕਬਜ਼ਾ ਛੁਡਾਉਣ, ਤੂੰ ਕਿੱਡਾ ਕੋ ਬਦਮਾਸ਼ ਆ, ਅਗਲੇ ਨੇ ਮਾਰ ਕੇ ਗੋਲੀ ਨਾ ਤੇਰੇ ਟੱਲਾ ਬਾਹਰ ਕਰ ਦੇਣਾ। ਆਪਾਂ ਨਾ ਥੋੜੀ ਖਾ ਲਾਂਗੇ, ਆਪਾਂ ਨੂੰ ਪੰਗਿਆਂ ਵਿੱਚ ਬਹਿਣ ਦੀ ਲੋੜ ਨਹੀਂ ਹੈਗੀ, ਨਾਲੇ ਜਿਹਦੀ ਜ਼ਮੀਨ ਆ ਉਹਦਾ ਘਰ ਵਾਲਾ ਆਪੇ ਛੁਡਾਵੇ। ਉਹਦੇ ਘਰ ਵਾਲਾ ਨਾ ਮੇਰਾ ਸਕਾ ਭਾਈ ਆ, ਅੱਜ ਤੱਕ ਉਹਨੂੰ ਮੈਂ ਝੀਟ ਨਹੀਂ ਲੱਗਣ ਦਿੱਤੀ, ਫਿਰ ਮੱਚ ਦੇ ਅੱਗੇ ਜਦੋਂ ਮੈਂ ਕੱਲੇ ਨੂੰ ਭੇਜਦਾ। ਜੇ ਅਗਲੇ ਨੇ ਗੋਲੀ ਮਾਰੀ ਨਾ ਆਪਣਾ ਤਾਂ ਘਰ ਪੱਤੇ ਜਾਊਗਾ, ਥੋੜਾ ਬਹੁਤ ਨਾ ਮੇਰੇ ਬਾਰੇ ਵੀ ਸੋਚ ਲਿਆ ਕਰ। ਉਹ ਯਾਰ ਕਿਹਦੇ ਨੇ ਕੋਈ ਮਾਰਨ ਲੱਗਿਆ, ਡਰਾਬੇ ਦਾ ਅਗਲਾ ਦਿੰਦਾ ਹੀ ਹੁੰਦਾ। ਤੂੰ ਐਵੇਂ ਨਾ ਪੰਗਿਆਂ ਚ ਬੈ, ਆਪਾਂ ਨੂੰ ਕੁਛ ਨਹੀਂ ਮਿਲਣਾ ਹੈਗਾ ਕਬਜ਼ੇ ਛੁਡਾ ਕੇ, ਗੁਰਪ੍ਰੀਤ ਦੀ ਜ਼ਮੀਨ ਉਹਦੀ ਹੀ ਰਹਿਣੀ ਹੈ। ਲੈ ਕਬਜ਼ਾ ਲੈ ਕੇ ਨਾ ਕਣਕ ਤਾਂ ਮੈਂ ਵੀਰ ਕਿਉਂ, ਖੇਤੀ ਤਾਂ ਮੈਂ ਕਰਿਆ ਕਰੂੰਗਾ। ਨਾ ਖੇਤੀ ਕਰਨ ਨੂੰ ਕਿਹੜੇ 20 ਕਿੱਲੇ ਨੇ, 3 ਬਿੱਘੇ ਦਾ ਹੈਗਾ, 3 ਬਿੱਘੇ ਚ ਕੀ ਖੇਤੀ ਕਰੇਗਾ? ਨਾਲੇ ਆਪਾਂ ਨੂੰ ਕੀ ਫਾਇਦਾ ਕਿਸੇ ਦੀ ਜ਼ਮੀਨ ਤੇ ਖੇਤੀ ਕਰਨ ਦਾ, ਚੁੱਪ ਕਰਕੇ ਨਾ ਟਰੈਕਟਰ ਵੇਚ ਦੇ ਆਪਣੇ ਕੰਮ ਕਾਰ ਲੱਗ ਨਾਲੇ। ਅਰੇ ਟਰੈਕਟਰ ਵਿੱਚ ਨਹੀਂ ਗੱਲ ਨਾ ਕਰੇਗਾ, ਇਹਨੂੰ ਟਰੈਕਟਰ ਵਿੱਚ ਨਹੀਂ ਗੱਲ ਕਰਦਾ ਨਾ, ਉਹ ਜ਼ਹਿਰ ਵਰਗਾ ਲੱਗਦਾ ਮੈਨੂੰ। ਜਾ ਲੈ ਲੈ ਕਬਜ਼ਾ, ਜਦੋਂ ਪੰਨੀਆਂ ਨੇ ਕਿਸੇ ਨੇ ਨਾਸਾ ਫੇਰ ਜਾ ਕੇ ਤੈਨੂੰ ਸੁਰਤ ਆਊ। ਉਹ ਕਬਜ਼ਾ ਤਾਂ ਨਾ ਮੈਂ ਲੈ ਕੇ ਰਹੂੰਗਾ, ਐਵੇਂ ਨਹੀਂ ਛੱਡਦੇ, 21 ਲੱਖ ਦੀ ਜ਼ਮੀਨ ਆ,